ਇਸ ਦਿਨ ਬਕਸਰ ਦੀ ਲੜਾਈ ਸ਼ੁਰੂ ਹੋਈ। ਇਸ ਲੜਾਈ ਵਿੱਚ ਇੱਕ ਪਾਸੇ ਈਸਟ ਇੰਡੀਆ ਕੰਪਨੀ ਤੇ ਦੂਜੇ ਪਾਸੇ ਮੀਰ ਕਾਸਿਮ ਅਵਧ ਦਾ ਨਵਾਬ ਤੇ ਮੁਗਲ ਹਾਕਮ ਸ਼ਾਹ ਆਲਮ ਦੂਜੇ ਦਾ ਸਮੂਹ ਸੰਗ ਸੀ। ਬਕਸਰ ਬੰਗਾਲ ਵਿੱਚ ਸਥਿਤ ਇੱਕ ਛੋਟਾ ਜਿਹਾ ਸ਼ਹਿਰ ਹੈ। ਇਸ ਲੜਾਈ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ। ਇਸੇ ਹੀ ਦਿਨ ਸੰਨ 1893 ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਤੇ ਖਾਲਸਾ ਰਾਜ ਦੇ ਆਖਰੀ ਵਾਰਸ ਮਹਾਰਾਜਾ ਦਲੀਪ ਸਿੰਘ ਦਾ ਦੇਹਾਂਤ ਹੋਇਆ। ਮਹਾਰਾਜਾ ਦਲੀਪ ਸਿੰਘ ਨੂੰ ਪਰਥ ਸ਼ਾਇਰ ਦਾ ਬਲੈਕ ਪ੍ਰਿੰਸ ਵੀ ਕਿਹਾ ਜਾਂਦਾ ਸੀ। ਪਹਿਲੇ ਐਂਗਲੋ ਸਿੱਖ ਯੁੱਧ ਤੋਂ ਬਾਅਦ ਅੰਗਰੇਜ਼ 5 ਸਾਲਾਂ ਦੇ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਲੈ ਗਏ ਸਨ ਤਾਂ ਜੋ ਕਿ ਉਹ ਆਪਣੇ ਖਾਲਸਾ ਰਾਜ ਨੂੰ ਇਕੱਤਰ ਨਾ ਕਰ ਸਕੇ। ਅੱਜ ਦੇ ਹੀ ਦਿਨ ਸੰਨ 1909 ਨੂੰ ਅੰਗਰੇਜ਼ਾਂ ਦੇ ਰਾਜ ਦੌਰਾਨ ਸਿੱਖਾਂ ਦੇ ਵਿਆਹਾਂ ਲਈ ਆਨੰਦ ਮੈਰਿਜ ਐਕਟ ਪਾਸ ਕਰ ਦਿੱਤਾ ਗਿਆ। ਆਨੰਦ ਮੈਰਿਜ ਐਕਟ ਦੇ ਅਨੁਸਾਰ ਸਿੱਖਾਂ ਦੇ ਵਿਆਹਾਂ ਸਮੇਂ 4 ਲਾਵਾਂ ਕੀਤੀਆਂ ਜਾਂਦੀਆਂ ਹਨ, ਪਰ ਆਨੰਦ ਮੈਰਿਜ ਐਕਟ ਨੂੰ ਲੈ ਕੇ ਕਾਫ਼ੀ ਵਿਵਾਦ ਛਿੜਿਆ ਰਿਹਾ, ਕਿਉਂਕਿ ਆਨੰਦ ਮੈਰਿਜ ਐਕਟ ਦੇ ਪਾਸ ਹੋਣ ਤੋਂ ਬਾਅਦ ਵੀ ਸਿੱਖਾਂ ਦੇ ਵਿਆਹ ਹਿੰਦੂ ਮੈਰਿਜ ਐਕਟ ਦੇ ਅਧੀਨ ਰਜਿਸਟਰਡ ਹੁੰਦੇ ਰਹੇ।